ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ 'ਚ ਪਾਕਿਸਤਾਨ ਦੇ ਸਿਆਸੀ ਨੇਤਾਵਾਂ ਦੀ ਕੈਮਰੇ ਸਾਹਮਣੇ ਬੇਇੱਜ਼ਤੀ ਦੀ ਇਹ ਵੀਡੀਓ ਮੀਡੀਆ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਥਾਨਕ ਪੱਤਰਕਾਰਾਂ ਦੀ ਲੇਟ ਲਤੀਫੀ ਤੇ ਭੜਕਦੇ ਹੋਏ ਉਹਨਾਂ ਨੂੰ ਚੰਗੀਆਂ ਸੁਣਾ ਰਹੇ ਨੇ। ਇੰਨਾ ਹੀ ਨਹੀਂ, ਜਦਕਿ ਇਹ ਨੇਤਾ ਮੀਡੀਆ ਨੂੰ ਸੰਬੋਧਨ ਕਰਦੇ ਪਹੁੰਚੇ ਤਾਂ ਪੱਤਰਕਾਰਾਂ ਨੇ ਬਾਈਕਾਟ ਕਰਦੇ ਹੋਏ ਸਾਹਮਣੇ ਉਹ ਮਾਈਕ ਤੱਕ ਚੱਕ ਲਏ। ਹਾਲਾਂਕਿ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਪਾਕਿਸਤਾਨ ਦੇ ਕਿਹੜੇ ਇਲਾਕੇ ਦੀ ਹੈ ਅਤੇ ਇਸ ਨੂੰ ਕਿੱਥੋਂ ਸ਼ੂਟ ਕੀਤਾ ਗਿਆ। ਵੀਡੀਓ ਵਿੱਚ ਇੱਕ ਪੱਤਰਕਾਰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਅਸੀਂ ਲਗਭਗ 2 ਘੰਟਿਆਂ ਤੋਂ ਇੱਥੇ ਖੜੇ ਹਾਂ। ਚੇਲਮ ਵਿੱਚ ਧੋਖਾਧੜੀ ਬੇਤਾਸ਼ਾ ਹੈ, ਲੁੱਟਖੋਹ ਦਾ ਬਾਜ਼ਾਰ ਗਰਮ ਹੈ। ਸਭ ਸਰਕਾਰੀ ਅਫਸਰ ਵੈਲਫੇਅਰ ਦੇ ਨਾਂ ਤੇ ਇੱਥੇ ਲੁੱਟਖੋਹ ਕਰ ਰਹੇ ਹਨ, ਪਰ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ ਅਤੇ ਜਲੀਲ ਬਹੁਤ ਕੀਤਾ, ਇਸ ਲਈ ਅਸੀਂ ਬਾਈਕਾਟ ਕਰ ਰਹੇ ਹਾਂ। ਇਸ ਤੋਂ ਬਾਅਦ ਸਭ ਪੱਤਰਕਾਰ ਨੇਤਾਵਾਂ ਸਾਹਮਣਿਓਂ ਆਪਣੇ ਆਪਣੇ ਮਾਈਕ ਚੁੱਕ ਕੇ ਲੈ ਗਏ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਵੀਡੀਓ। ਜਨਾਬ ਰਿਆਦ ਗੁੰਦਰ ਨਾਮ ਹੈ ਮੇਰਾ, 92 ਟੀਵੀ ਤੋਂ ਬੜਾ ਤਲਕ ਹੈ ਜੀ। ਬਾਕੀ ਦੋਸਤ ਵੀ ਜੋ ਹੈ ਤਕਰੀਬਨ 2 ਘੰਟੇ ਸੇ ਹਮ ਖੜੇ ਹਾਂ। ਜਿਲਮ ਮੈਂ ਕਰਪਸ਼ਨ ਜੋ ਹੈ ਵੋ ਬੇਅੰਤਾ ਹੋ ਰਹੀ ਹੈ, ਲੂਟ ਮਾਰ ਕੇ ਬਾਜ਼ਾਰ ਗਰਮ ਹੈ। ਤਮਾਮ ਸਰਕਾਰੀ ਅਫਸਰਾਨ ਵੈਲਫੇਅਰ ਕੇ ਬਾਅਦ ਮੈਂ ਯਹਾਂ ਪੇ ਲੂਟ ਮਾਰ ਕਰ ਰਹੇ ਹਾਂ, ਲੇਕਿਨ ਕਿਉਂਕਿ ਆਪਨੇ ਮੈਂ ਟਾਈਮ ਨਹੀਂ ਦਿਆ, ਮੈਂ ਜ਼ਲੀਲ ਬਹੁਤ ਕੀ ਹੈ, ਇਸ ਲਈ ਹਮ ਬਾਈਕਾਟ ਕਰ ਰਹੇ ਹਾਂ। ਚਲ ਯਾਰ ਬਸ ਕਰਾਂ ਹੁਣ ਗੁੰਦਰ, ਚਲੋ।